ਤਿਉਹਾਰਾਂ ਦੇ ਦਿਨ ਨੇੜੇ ਆ ਰਹੇ ਹਨ ਅਤੇ ਸਿਹਤ ਵਿਭਾਗ ਦਾ ਅਮਲਾ ਵੀ ਪੱਬਾ ਪਾਰ ਹੋਇਆ ਪਿਆ ਹੈ। ਲੋਕਾਂ ਦੀ ਸਿਹਤ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਵੱਖ ਵੱਖ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ ਕਿ ਤਾਂ ਜੋ ਲੋਕਾਂ ਤੱਕ ਜੋ ਖਾਣਾ ਅਤੇ ਮਿਠਾਈਆਂ ਪਹੁੰਚਣ ਉਹ ਸਾਫ਼ ਸੁਥਰੀਆਂ ਅਤੇ ਸ਼ੁੱਧ ਪਹੁੰਚਣ ਅਤੇ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋ ਸਕੇ। ਖਬਰ ਹੁਸ਼ਿਆਰਪੁਰ ਦੇ ਕੋਟ ਫਤੂਹੀ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਸ਼ੱਕ ਦੇ ਆਧਾਰ 'ਤੇ ਇੱਕ ਨਾਮੀ ਦੁਕਾਨ ਦੀ ਮਿਠਾਈ 'ਤੇ ਛਾਪੇਮਾਰੀ ਕੀਤੀ ਗਈ। ਹਾਲਾਂਕਿ ਇਸ ਰੇਡ ਦੇ ਦੌਰਾਨ ਦੁਕਾਨ ਦੀ ਫੈਕਟਰੀ 'ਤੇ ਵੀ ਛਾਪੇਮਾਰੀ ਕੀਤੀ ਗਈ ਜਿੱਥੋਂ ਕਿ ਸਿਹਤ ਵਿਭਾਗ ਦੀ ਟੀਮ ਨੂੰ ਬੈਗਾਂ ਦੇ ਵਿੱਚ ਬੰਦ 45 ਕੁਇੰਟਲ ਦੇ ਲਗਭਗ ਜੋ ਖੋਇਆ ਉਹ ਬਰਾਮਦ ਕੀਤਾ ਗਿਆ। ਹਾਲਾਂਕਿ ਸਿਹਤ ਵਿਭਾਗ ਦੀ ਟੀਮ ਨੂੰ ਇਹ ਗੁਪਤ ਸੂਚਨਾ ਸੀ ਕਿ ਇਲਾਕੇ ਦੇ ਵਿੱਚ ਨਕਲੀ ਖੋਇਆ ਅਤੇ ਪਨੀਰ ਜੋ ਹੈ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਜਿਸ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਲੋਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਸਕਦੇ ਹਨ। ਅਤੇ ਉਸੇ ਸੂਚਨਾ ਦੇ ਆਧਾਰ 'ਤੇ ਇਲਾਕੇ ਦੀ ਇੱਕ ਨਾਮੀ ਦੁਕਾਨ 'ਤੇ ਸਿਹਤ ਵਿਭਾਗ ਦੀ ਟੀਮ ਦੇ ਅਧਿਕਾਰੀ ਪਹੁੰਚਦੇ ਨੇ, ਉਹਨਾਂ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਅਤੇ ਫੈਕਟਰੀ ਦੇ ਵਿੱਚ ਲਿਫਾਫਿਆਂ ਦੇ ਵਿੱਚ ਜੋ ਖੋਇਆ ਪਿਆ ਗਿਆ ਸੀ ਉਸਦੇ ਸੈਂਪਲ ਲਏ ਗਏ ਨੇ। ਹਾਲਾਂਕਿ ਸਿਹਤ ਵਿਭਾਗ ਟੀਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਇੱਥੇ 45 ਕੁਇੰਟਲ ਦੇ ਲਗਭਗ ਜੋ ਖੋਇਆ ਉਹ ਬਰਾਮਦ ਕੀਤਾ ਗਿਆ, ਉਸਦੇ ਸੈਂਪਲ ਲਏ ਗਏ ਨੇ ਅਤੇ ਉਸ ਤੋਂ ਬਾਅਦ ਇਸ ਦੀ ਰਿਪੋਰਟ ਆਏਗੀ ਕਿ ਕੀ ਇਹ ਸ਼ੁੱਧ ਸੀ, ਲੋਕਾਂ ਦੇ ਖਾਣਯੋਗ ਸੀ ਜਾਂ ਨਹੀਂ। ਫਿਲਹਾਲ ਜੋ ਸਿਹਤ ਵਿਭਾਗ ਦੀ ਟੀਮ ਦੇ ਅਧਿਕਾਰੀ ਉੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਸੈਂਪਲ ਲਏ ਗਏ ਨੇ ਅਤੇ ਕਹਿਣਾ ਉਹਨਾਂ ਦਾ ਵੀ ਇਹੀ ਹੈ ਕਿ ਅਸੀਂ ਲੋਕਾਂ ਦੀ ਸਿਹਤ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਖਿਲਵਾੜ ਨਹੀਂ ਹੋਣ ਦੇਵਾਂਗੇ ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਤੱਕ ਜੋ ਚੀਜ਼ਾਂ ਪਹੁੰਚ ਰਹੀਆਂ ਨੇ ਖਾਣ ਪੀਣ ਨੂੰ ਲੈ ਕੇ ਉਹ ਸਾਫ਼ ਅਤੇ ਸੁਥਰੀਆਂ ਪਹੁੰਚਣ, ਕਿਉਂਕਿ ਆਗਾਮੀ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਜਿਸ ਨੂੰ ਲੈ ਕੇ ਮਿਠਾਈਆਂ ਦੀ ਵੱਡੇ ਪੱਧਰ 'ਤੇ ਵਿਕਰੀ ਹੁੰਦੀ ਹੈ ਅਤੇ ਹੁਣ ਤੋਂ ਹੀ ਪ੍ਰਸ਼ਾਸਨ ਦੇ ਵੱਲੋਂ ਵੱਖ ਵੱਖ ਜਗ੍ਹਾ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਤਾਂ ਜੋ ਹਰ ਜਗ੍ਹਾ ਸਾਫ਼ ਸਫਾਈ ਅਤੇ ਸ਼ੁੱਧਤਾ ਦਾ ਧਿਆਨ ਰੱਖਿਆ ਜਾ ਸਕੇ। ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਫਗਵਾੜਾ ਸਾਈਡ ਤੋਂ ਜਿਹੜਾ ਖੋਇਆ ਵਗੈਰਾ ਇਹ ਆ ਰਿਹਾ ਹੈ, ਦੁੱਧ ਵਗੈਰਾ ਵੀ ਸਪਲਾਈ ਹੋ ਰਿਹਾ ਹੈ ਔਰ ਉਹਦੇ ਕੰਪਲੇਂਟ ਬੇਸ 'ਤੇ ਅਸੀਂ ਹਰ ਜਗ੍ਹਾ ਜਿੱਥੇ ਜਿੱਥੇ ਸਾਨੂੰ ਲੱਗਦਾ ਡਾਊਟ ਮੈਨੂਫੈਕਚਰਿੰਗ ਸਾਈਡ 'ਤੇ ਫੈਕਟਰੀ ਸਾਈਡ 'ਤੇ ਉੱਥੇ ਅਸੀਂ FSO ਸਾਹਿਬ ਜਿਹੜੇ ਹੈਗੇ ਆ ਤੁਹਾਡੇ ਨਾਲ ਉਹਨਾਂ ਨੂੰ ਭੇਜ ਰਹੇ ਹਾਂ। ਇਨ ਕੇਸ ਜੇ ਸਾਨੂੰ ਡਾਊਟ ਲੱਗਦਾ ਆ ਉੱਥੇ ਦੀ ਕੁਆਲਿਟੀ ਨਹੀਂ ਹੈਗੀ ਅੱਛੀ ਜਾਂ ਕੋਈ ਅੱਛੀਆਂ ਕੰਡੀਸ਼ਨ ਅਨਹਾਈਜੀਨਿਕ ਕੰਡੀਸ਼ਨਸ ਹੈਗੀਆਂ ਆ ਉੱਥੇ ਅਸੀਂ ਉਹਨਾਂ ਨੂੰ ਮਤਲਬ ਇੰਪਰੂਵਮੈਂਟ ਦਾ ਵੀ ਨੋਟਿਸ ਦਿੰਦੇ ਹਾਂ। ਲੇਕਿਨ ਇੰਨੀ ਕੁਆਂਟਿਟੀ 'ਚ ਜੇ ਅਗਰ ਸਾਨੂੰ ਮਿਲਦਾ ਆ ਹੋਇਆ ਜਿੱਦਾਂ ਹੁਣ ਅਸੀਂ ਇੱਥੇ ਐਟ ਪ੍ਰੈਜੈਂਟ ਆਏ ਹਾਂ ਜਿਹੜੀ ਫੈਕਟਰੀ 'ਚ ਉਸ 'ਤੇ ਸਾਨੂੰ ਕੁਆਂਟਿਟੀ 'ਤੇ ਡਾਊਟ ਹੋਇਆ ਆ, ਅਸੀਂ ਜਿਹੜਾ ਮਟੀਰੀਅਲ ਵੀ ਦੇਖਿਆ ਆ ਉਹ ਅਸੀਂ ਸੈਂਪਲਿੰਗ ਲਈ ਭੇਜ ਦੇਵਾਂਗੇ। ਇਨ ਕੇਸ ਜੇ ਸੈਂਪਲਿੰਗ ਠੀਕ ਆਈ ਤਾਂ ਓਬਵੀਅਸਲੀ ਅਸੀਂ ਉਹਨਾਂ ਨੂੰ ਮਤਲਬ ਰਿਲੀਜ਼ ਵੀ ਕਰ ਸਕਦੇ ਹਾਂ ਅਤੇ ਟਿਲ ਲੇਟ ਅਸੀਂ ਉਹਨਾਂ ਨੂੰ ਸੀਜ਼ਰ ਕਰਵਾਵਾਂਗੇ। ਥੈਂਕ ਯੂ ਸਰ। ਕਿੰਨਾ ਹੈ ਜੀ ਜਿਹੜਾ ਇਹ ਨੀਅਰ ਅਬਾਊਟ ਕਿੰਨਾ 45 ਹੁਣ ਸੀਲ ਕਰ ਦਿੱਤਾ ਜੀ? ਹਾਂਜੀ ਉਹ ਕਰ ਰਿਹਾ ਸੀ, ਇਹ ਪ੍ਰੋਸੀਜਰ ਚੱਲਦਾ ਪਿਆ ਔਰ ਸੈਂਪਲਿੰਗ ਵੀ ਹੋ ਗਈ।